ਸਤਿ ਸ਼੍ਰੀ ਅਕਾਲ ਜੀ। ਅੱਜ ਮੈਂ ਤੁਹਾਡੇ ਨਾਲ ਇੱਕ ਡਿਫਰੈਂਟ ਔਰ ਯੂਨੀਕ ਹੈਂਡ ਪੇਂਟਿੰਗ ਡਿਜ਼ਾਈਨ ਸ਼ੇਅਰ ਕਰਨ ਲੱਗੀ ਹਾਂ। ਅੱਜ ਅਸੀਂ ਮੋਰ ਦਾ ਪੰਖ ਬਣਾਵਾਂਗੇ। ਸਭ ਤੋਂ ਪਹਿਲਾਂ ਮੈਂ ਨਿਸ਼ਾਨ ਲਗਾਇਆ ਹੋਇਆ ਔਰ ਇੱਕ ਉਲਟਾ ਹਾਰਟ ਸ਼ੇਪ ਅਸੀਂ ਬਲੂ ਕਲਰ ਦੇ ਨਾਲ ਡਰਾ ਕਰਾਂਗੇ। ਅਤੇ ਜਿਸ ਤਰ੍ਹਾਂ ਅੰਦਰ ਮੋਰ ਦੇ ਅੰਦਰਲੇ ਹਿੱਸੇ ਦੀ ਟਿੱਕੀ ਹੁੰਦੀ ਆ ਪੰਖ ਦੇ, ਉਸ ਹਿਸਾਬ ਨਾਲ ਅਸੀਂ ਡਾਰਕ ਬਲੂ ਕਲਰ ਦੇ ਨਾਲ ਉਸ ਸ਼ੇਪ ਦਾ ਇੱਕ ਹਾਰਟ ਜਿਹਾ ਬਣਾ ਲਾਂਗੇ। ਉਸ ਤੋਂ ਬਾਅਦ ਬ੍ਰੱਸ਼ ਦੀ ਜਿੰਨੀ ਚੌੜਾਈ ਹੈ ਉਸ ਹਿਸਾਬ ਨਾਲ ਉਹਦੇ ਬਾਹਰਲੀ ਸਾਈਡ 'ਤੇ ਅਸੀਂ ਫਰੋਜ਼ੀ ਕਲਰ ਲਗਾਵਾਂਗੇ ਔਰ ਇਹਨੂੰ ਬੜੀ ਚੰਗੀ ਤਰ੍ਹਾਂ ਬ੍ਰੱਸ਼ਿੰਗ ਕਰਾਂਗੇ ਔਰ ਬੜੇ ਆਰਾਮ ਦੇ ਨਾਲ ਬੜੇ ਹੀ ਸੁਚੱਜੇ ਢੰਗ ਦੇ ਨਾਲ ਇਹਨੂੰ ਅਸੀਂ ਬ੍ਰੱਸ਼ਿੰਗ ਕਰਾਂਗੇ, ਕਿਉਂਕਿ ਇੱਥੇ ਮਤਲਬ ਬਹੁਤ ਹੀ ਧਿਆਨ ਦੇ ਨਾਲ ਅਸੀਂ ਇਹ ਕੰਮ ਕਰਾਂਗੇ। ਕਾਲੀ ਦੇ ਵਿੱਚ ਕੁਝ ਨਹੀਂ ਕਰਨਾ ਔਰ ਵੀਡੀਓ ਨੂੰ ਲਾਈਕ ਕਰਨਾ, ਸ਼ੇਅਰ ਕਰਨਾ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਅਤੇ ਇਸ ਤੋਂ ਬਾਅਦ ਅਸੀਂ ਜਦੋਂ ਮੋਰ ਪੰਖ ਬਣਾਵਾਂਗੇ ਤਾਂ ਇਸ ਗੱਲ ਵੱਲ ਖਾਸ ਧਿਆਨ ਦੇਣਾ ਹੈ ਕਿ ਉੱਪਰੋਂ ਇਹ ਪਤਲਾ ਹੁੰਦਾ ਔਰ ਥੱਲੋਂ ਇਹਦੀ ਚੌੜਾਈ ਹੁੰਦੀ ਹੈ। ਔਰ ਪੈਰਟ ਕਲਰ ਹੁਣ ਮੈਂ ਲੈ ਰਹੀ ਹਾਂ ਔਰ ਇਹਨੂੰ ਅਸੀਂ ਉੱਪਰੋਂ ਪਤਲੀ ਸ਼ੇਪ ਦੇ ਕੇ ਥੱਲੋਂ ਚੌੜੀ ਸ਼ੇਪ ਦੇਣੀ ਆ। ਜਿਵੇਂ ਤੁਸੀਂ ਦੇਖ ਰਹੇ ਹੋ ਮੈਂ ਥੱਲੇ ਨਿਸ਼ਾਨ ਲਾਇਆ ਹੋਇਆ, ਥੱਲੋਂ ਚੌੜਾ ਉੱਪਰੋਂ ਪਤਲਾ, ਪਰ ਪੂਰੀ ਤਰ੍ਹਾਂ ਡਰਾ ਨਹੀਂ ਕੀਤਾ। ਤੁਸੀਂ ਚਾਹੋ ਤਾਂ ਆਪਣੇ ਕੰਫਰਟੇਬਲ ਦੇ ਲਈ ਤੁਸੀਂ ਪਹਿਲਾਂ ਇਹਨੂੰ ਡਰਾ ਕਰ ਲਓ, ਮਤਲਬ ਪਹਿਲਾਂ ਬਲੂ ਕਲਰ ਫਿਰ ਫਿਰੋਜ਼ੀ ਜਿੰਨਾ ਭਰਨਾ, ਉਸ ਤੋਂ ਬਾਅਦ ਜਿਹੜਾ ਤੁਸੀਂ ਪੈਰਟ ਕਲਰ ਭਰਨਾ ਉਸ ਨੂੰ ਅਲੱਗ ਅਲੱਗ ਹਿੱਸਿਆਂ ਵਿੱਚ ਡਰਾ ਕਰ ਲਓ ਤਾਂ ਤੁਹਾਨੂੰ ਈਜ਼ੀ ਰਹੇਗਾ। ਅਤੇ ਹੁਣ ਜਿਸ ਤਰ੍ਹਾਂ ਪੈਰਟ ਕਲਰ ਆਪਾਂ ਦਿੱਤਾ ਆ ਉਹਨੂੰ ਆਪਾਂ ਇੱਕ ਪੰਖ ਦੀ ਲੁੱਕ ਦੇਣ ਦੇ ਲਈ, ਪੰਖ ਦਾ ਟੈਕਸਚਰ ਜਿਹੜਾ ਆ ਕ੍ਰੀਏਟ ਕਰਨ ਦੇ ਲਈ, ਦੇਖੋ ਬ੍ਰੱਸ਼ ਨੂੰ ਮੈਂ ਉੱਪਰ ਵੱਲ ਸ਼ੇਡਿੰਗ ਜਿਸ ਤਰ੍ਹਾਂ ਦਈ ਦੀ ਨਾ ਉਸ ਤਰ੍ਹਾਂ ਪੰਖ ਦਾ ਟੈਕਸਚਰ ਬਣਾ ਰਹੀ ਹਾਂ ਮੈਂ। ਬਹੁਤ ਲਾਈਟ ਆ ਔਰ ਵੀਡੀਓ ਦੇ ਵਿੱਚ ਕਲੀਅਰ ਤੁਹਾਨੂੰ ਨਜ਼ਰ ਨਹੀਂ ਆਏਗਾ, ਬਟ ਤੁਹਾਨੂੰ ਮਹਿਸੂਸ ਹੋ ਰਿਹਾ ਹੋਏਗਾ ਵੀ ਜਿਸ ਤਰ੍ਹਾਂ ਟੈਕਸਚਰ ਹੁੰਦਾ ਨਾ ਪੰਖ ਦਾ, ਉਸ ਤਰ੍ਹਾਂ ਮੈਂ ਬਣਾਇਆ। ਹੁਣ ਬਰਾਊਨ ਕਲਰ ਜਿਹੜਾ ਨੋਰਮਲੀ ਸਾਨੂੰ ਬਰਾਊਨ ਬਣਿਆ ਬਣਾਇਆ ਇਸੇ ਤਰ੍ਹਾਂ ਦਾ ਹੀ ਮਿਲਦਾ ਔਰ ਥੱਲੇ ਡੰਡੀ ਬਣਾ ਕੇ ਉਸ ਤੋਂ ਬਾਅਦ ਮੈਂ ਪੰਖ ਵਾਲਾ ਟੈਕਸਚਰ ਫਿਰ ਕ੍ਰੀਏਟ ਕਰ ਰਹੀ ਹਾਂ ਥੱਲੋਂ ਬਾਹਰਲੀ ਸਾਈਡ 'ਤੇ। ਔਰ ਜਦੋਂ ਇਸ ਤਰ੍ਹਾਂ ਦਾ ਜਦੋਂ ਕੋਈ ਪੰਖ ਬਣਾਉਣਾ ਜਾਂ ਸ਼ੇਡਿੰਗ ਕਰਨੀ ਆ ਤਾਂ ਇਸ ਚੀਜ਼ ਨੂੰ ਧਿਆਨ ਵਿੱਚ ਰੱਖਣਾ, ਬ੍ਰੱਸ਼ ਨੂੰ ਥੱਲੋਂ ਅਸੀਂ ਪਹਿਲਾਂ ਦਬਾਉਣਾ, ਥੋੜ੍ਹਾ ਜਿਹਾ ਦਬਾ ਦੇਣਾ, ਬਹੁਤ ਜ਼ਿਆਦਾ ਨਹੀਂ, ਥੋੜ੍ਹਾ ਦਬਾ ਦੇ ਕੇ। ਔਰ ਜਦੋਂ ਉੱਪਰ ਨੂੰ ਕਰਨਾ ਹੈ ਉੱਪਰਲੀ ਚੀਜ਼ ਜਿਸ ਤਰ੍ਹਾਂ ਹੁਣ ਦੇਖੋ ਥੱਲੇ ਉੱਪਰ ਨੂੰ ਜਦੋਂ ਮੈਂ ਕਰਦੀ ਹਾਂ ਤਾਂ ਬਿਲਕੁਲ ਜਿਹੜਾ ਦਬਾਇਆ ਪ੍ਰੈਸ਼ਰ ਬਿਲਕੁਲ ਘਟਾ ਦਿੰਦੀ ਹਾਂ ਤਾਂ ਕਿ ਉੱਪਰੋਂ ਜਾ ਕੇ ਜਿਹੜੀ ਸ਼ੇਪ ਆ ਬਿਲਕੁਲ ਪਤਲੀ ਹੋ ਜਾਵੇ ਔਰ ਜਿਹੜਾ ਟੈਕਸਚਰ ਆ ਉਹ ਬਿਲਕੁਲ ਪੰਖਾਂ ਵਰਗਾ ਆਵੇ। ਅਤੇ ਬ੍ਰੱਸ਼ ਜਿਹੜਾ ਮੈਂ ਯੂਜ਼ ਕਰ ਰਹੀ ਹਾਂ 4 ਨੰਬਰ ਫਲੈਟ ਬ੍ਰੱਸ਼ ਆ ਮੇਰੇ ਕੋਲ। ਅਤੇ ਉਸ ਤੋਂ ਬਾਅਦ ਜਿਵੇਂ ਪੰਖ ਨੂੰ ਥੋੜ੍ਹੀ ਸ਼ਾਈਨ ਦੇਣ ਲਈ, ਥੋੜ੍ਹਾ ਇਹਦੀ ਗ੍ਰੇਸ ਵਧਾਉਣ ਦੇ ਲਈ ਹਾਈਲਾਈਟ ਕਰ ਰਹੀ ਹਾਂ ਮੈਂ ਵਾਈਟ ਕਲਰ ਦੇ ਨਾਲ ਔਰ ਇਹਨੂੰ ਉਹਦੇ ਵਿੱਚ ਹੀ ਬਰਾਊਨ ਦੇ ਵਿੱਚ ਹੀ ਮਿਕਸਿੰਗ ਵੀ ਦੇਈ ਜਾ ਰਹੀ ਹਾਂ। ਤੁਸੀਂ ਦੇਖ ਰਹੇ ਹੋ ਇੱਕ ਪਿਆਰਾ ਜਿਹਾ ਸ਼ੇਡ ਉੱਭਰ ਕੇ ਤੁਹਾਡੇ ਸਾਹਮਣੇ ਨਜ਼ਰ ਆ ਰਿਹਾ, ਬਰਾਊਨ ਔਰ ਵਾਈਟ। ਔਰ ਇਹਦੇ ਨਾਲ ਜਦੋਂ ਅਸੀਂ ਵਿੱਚ ਵਾਈਟ ਕਰਾਂਗੇ ਤਾਂ ਪੰਖ ਜਿਹੜਾ ਆ ਥੋੜ੍ਹਾ ਕਹਿ ਲਓ ਕਿ ਥੋੜ੍ਹੀ ਸ਼ਾਈਨ ਵੀ ਕਰੇਗਾ। ਔਰ ਜਿਹੜਾ ਸੂਟ ਆ ਥੱਲੇ ਇਹ ਮੇਰਾ ਆਪਣਾ ਹੀ ਸੂਟ ਆ ਔਰ ਇਹ ਮੋਰ ਪੰਖੀਆ ਕਲਰ ਦਾ ਹੀ ਸੂਟ ਆ ਜਿਹੜਾ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਨਾ, ਕਲਰ ਪ੍ਰੋਪਰ ਉਹ ਨਹੀਂ ਹੈ, ਇੱਥੇ ਕੋਈ ਹੋਰ ਨਜ਼ਰ ਆ ਰਿਹਾ। ਬਟ ਜਦੋਂ ਮੈਂ ਇਸ ਟਾਈਮ ਜਦੋਂ ਮੈਂ ਵੀਡੀਓ ਹੁਣ ਤੁਹਾਡੇ ਸਾਹਮਣੇ ਯੂਟਿਊਬ 'ਤੇ ਅਪਲੋਡ ਕਰ ਰਹੀ ਹਾਂ ਨਾ, ਸੂਟ ਮੈਂ ਆਪਣਾ ਸਟਿਚ ਕਰਨ ਲਈ ਦਿੱਤਾ ਔਰ ਜਦੋਂ ਬਣ ਕੇ ਆਏਗਾ ਤਾਂ ਮੈਂ ਉਦੋਂ ਜ਼ਰੂਰ ਬਣੇ ਸੂਟ ਦੀ ਵੀਡੀਓ ਜਿਹੜੀ ਆ ਤੁਹਾਡੇ ਸਾਹਮਣੇ ਲੈ ਕੇ ਆਊਂਗੀ ਅਤੇ ਤੁਹਾਨੂੰ ਪੂਰੀ ਲੁੱਕ ਵੀ ਦਿਖਾਊਂਗੀ ਵੀ ਕਿਸ ਤਰ੍ਹਾਂ ਆ, ਜੇ ਦੁਪੱਟਾ ਬਣਨ ਵਾਲਾ ਆ ਫਿਰ ਉਹ ਵੀ ਰੈਡੀ ਕਰਕੇ ਮੈਂ ਤੁਹਾਨੂੰ ਦਿਖਾਊਂਗੀ। ਹੋ ਸਕਦਾ ਮੈਂ ਨਾਲ ਜੁੱਤੀ ਵੀ ਬਣਾਵਾਂ ਤਾਂ ਉਹ ਵੀ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗੀ ਵੀ ਕਿਸ ਤਰ੍ਹਾਂ ਦੀ ਬਣੀ ਆ ਪੂਰੀ ਲੁੱਕ, ਪੂਰੇ ਸੂਟ ਦੀ ਲੁੱਕ। ਔਰ ਜੇ ਤੁਹਾਨੂੰ ਮਤਲਬ ਸੂਟ ਵਧੀਆ ਲੱਗੇਗਾ ਤੁਸੀਂ ਔਰਡਰ ਵੀ ਇਹਦਾ ਦੇ ਸਕਦੇ ਹੋ। ਸੋ ਇਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਕਿ ਜਿਹੜਾ ਪੰਖ ਹੈ ਆਲਮੋਸਟ ਜਿਹੜਾ ਆ ਉਹ ਆਪਣੇ ਕੋਲ ਰੈਡੀ ਹੋ ਚੁੱਕਾ। ਔਰ ਜੇ ਕਿਤੇ ਵਾਈਟ ਕਲਰ ਤੁਹਾਡੇ ਤੋਂ ਜ਼ਿਆਦਾ ਲੱਗ ਜਾਏ ਤਾਂ ਘਬਰਾਉਣਾ ਨਹੀਂ ਆ ਕਿ ਵਾਈਟ ਕਲਰ ਜ਼ਿਆਦਾ ਲੱਗ ਗਿਆ ਇਹ ਕੀ ਹੋ ਗਿਆ, ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਬਾਅਦ ਵਿੱਚ ਤੁਸੀਂ ਬਰਾਊਨ ਦੇ ਵਿੱਚ ਥੋੜ੍ਹਾ ਬ੍ਰੱਸ਼ ਨੂੰ ਡਿਪ ਕਰੋ। ਜ਼ਿਆਦਾ ਕੋਈ ਵੀ ਕਲਰ ਨਹੀਂ ਲੈਣਾ ਭਰ ਕੇ, ਕਿਉਂਕਿ ਅਸੀਂ ਕੋਈ ਫਲਾਰ ਜਾਂ ਕੁਛ ਇੱਦਾਂ ਦੀ ਚੀਜ਼ ਨਹੀਂ ਬਣਾ ਰਹੇ, ਠੀਕ ਹੈ। ਹੁਣ ਮੈਂ ਤੁਹਾਨੂੰ ਦਿਖਾਈ ਹੈ ਗੋਲਡਨ ਡਸਟ ਆ, ਗੋਲਡਨ ਡਸਟ ਆਉਂਦੀ ਆ ਹੁਣ 2 ਨੰਬਰ ਮੀਡੀਆ ਕੈਮਲ ਦਾ, ਠੀਕ ਹੈ। ਔਰ ਇਹਨੂੰ ਚੰਗੀ ਤਰ੍ਹਾਂ ਸ਼ੇਕ ਕਰਕੇ ਉਸ ਤੋਂ ਬਾਅਦ ਇਹਨੂੰ ਇੱਕ ਗਾੜਾ ਘੋਲ ਤਿਆਰ ਕਰਨਾ ਹੈ ਗੋਲਡਨ ਡਸਟ ਦਾ ਔਰ ਇਹਨੂੰ ਥੋੜ੍ਹਾ ਮੀਡੀਅਮ ਮਿਕਸ ਕਰਕੇ। ਔਰ ਫਿਰ ਦੇਖੋ ਤੁਸੀਂ ਟੈਕਸਚਰ ਦੇਖ ਸਕਦੇ ਹੋ, ਇਹਨੂੰ ਮੈਂ 0 ਨੰਬਰ ਰਾਊਂਡ ਬ੍ਰੱਸ਼ ਦੇ ਨਾਲ ਜਿਹੜੀ ਵਿੱਚ
टिक्की जी आ उंडे और डंडी दे थोड़ा थोड़ा मतलब टच दिता ता कि थोड़ा जहा पंख जिहड़ा होर शाइन करे। तो उस तो बाद असी जिहड़ा विच वाला ब्लू कलर आ उन्हूं होर उभारन दे लई थोड़ा उन्हूं वक्खरा करन दे लई उहदी हार्ट शेप जिहड़ी थल्ले आ उहदे ते वी असी बना दांगे। तां